ਡਾਕਟਰ ਬੀ ਆਰ ਅੰਬੇਦਕਰ ਯੂਥ ਕਲੱਬ ਕੰਦਾਲਾ ਜੱਟਾਂ ਦੀ ਇੱਕ ਮੀਟਿੰਗ ਪ੍ਰਧਾਨ ਜਸਵੀਰ ਸਿੰਘ ਲੱਕੀ ਅਤੇ ਸਰਪ੍ਰਸਤ ਡਾਕਟਰ ਚਰਨਜੀਤ ਸਿੰਘ ਪੜਬੱਗਾ ਦੀ ਅਗਵਾਈ ਦੇ ਵਿੱਚ ਹੋਈ। ਇਸ ਦੌਰਾਨ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕਲੱਬ ਵੱਲੋਂ ਪਿੰਡ ਕੰਦਾਲਾ ਜੱਟਾਂ ਵਿੱਚ 17 ਅਪ੍ਰੈਲ ਨੂੰ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਨ ਮਨਾਇਆ ਜਾਏਗਾ ਅਤੇ ਨਾਲ ਹੀ 1971 ਦੀ ਭਾਰਤ ਪਾਕਿਸਤਾਨ ਜੰਗ ਵਿੱਚ ਸ਼ਹੀਦ ਦੌਲਤ ਸਿੰਘ ਜੀ ਦੇ ਨਾਂ ਦੇ ਉੱਤੇ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ ਜਾਵੇਗਾ। ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਉਦਘਾਟਨ ਵਿੱਚ ਪਹੁੰਚਣ ਅਤੇ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਆਓ ਦੇਖਦੇ ਹਾਂ ਅੱਡਾ ਸਰਾਂ ਤੋਂ ਸਾਡੇ ਪੱਤਰਕਾਰ ਜਸਬੀਰ ਕਾਜਲ ਦੀ ਇੱਕ ਰਿਪੋਰਟ। ਜੈ ਭੀਮ ਜੈ ਭਾਰਤ। ਅੱਜ ਪਿੰਡ ਕਧਾਣਾ ਜੱਟਾਂ ਵਿਖੇ ਡਾਕਟਰ ਬੀ ਆਰ ਅੰਬੇਡਕਰ ਯੂਥ ਕਲੱਬ ਦੀ ਮੀਟਿੰਗ ਹੋਈ, ਜਿਸ ਵਿੱਚ 17 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਉਣ ਸੰਬੰਧੀ ਵਿਚਾਰ ਚਰਚਾ ਹੋਈ ਅਤੇ ਉਸੇ ਦਿਨ ਹੀ ਸ਼ਹੀਦ ਦੌਲਤ ਸਿੰਘ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਜਾਵੇਗਾ। ਉਸੇ ਦਿਨ ਵਧੀਆ ਵਿਚਾਰਕ ਅਤੇ ਮਹਾਨ ਬੁੱਧੀਜੀਵੀ ਆਉਣਗੇ, ਜਿਹੜੇ ਆਪਣੇ ਵਿਚਾਰ ਰੱਖਣਗੇ। ਸੋ 17 ਤਰੀਕ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਵਸ ਪਿੰਡ ਕਧਾਣਾ ਜੱਟਾਂ ਵਿਖੇ ਮਨਾਇਆ ਜਾਵੇਗਾ। ਸੋ ਸਾਰਿਆਂ ਨੂੰ ਬੇਨਤੀ ਹੈ ਸਮਾਗਮ ਵਿੱਚ ਜ਼ਰੂਰ ਸ਼ਾਮਲ ਹੋਣਾ ਜੀ। ਜੈ ਭੀਮ ਜੈ ਭਾਰਤ। ਇਸੇ ਦਿਨ ਪ੍ਰੋਗਰਾਮ ਸੰਬੰਧ ਵਿੱਚ ਹੀ ਆਪਾਂ ਲਾਇਬ੍ਰੇਰੀ ਦਾ ਉਦਘਾਟਨ ਵੀ ਕਰਾਂਗੇ ਕਿ ਜੋ ਕਿ ਬਹੁਤ ਹੀ ਬੁੱਧੀਜੀਵੀ ਲੋਕਾਂ ਕੋਲ ਕਰਾਇਆ ਜਾਵੇਗਾ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਸਮੇਂ ਸਿਰ ਪਹੁੰਚ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਜੀ। ਜੈ ਭੀਮ ਜੈ ਭਾਰਤ।